ਇੱਕ ਔਰਤ ਸੁਨਿਆਰੇ ਦੀ ਦੁਕਾਨ ਤੇ ਗਹਿਣੇ ਲੈਣ ਆਉਂਦੀ ਹੈ ਪਰ ਉਹ ਗਹਿਣੇ ਲੈਣ ਦੀ ਬਜਾਏ ਗਹਿਣੇ ਚੋਰੀ ਕਰਕੇ ਫਰਾਰ ਹੋ ਜਾਂਦੀ ਹੈ ਅਤੇ ਉਸ ਦੀ ਇਹ ਪੂਰੀ ਕਰਤੂਤ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਔਰਤ ਗਹਿਣੇ ਦੇਖ ਰਹੀ ਹੈ ਤੇ ਸੁਨਿਆਰਾ ਇਸ ਨੂੰ ਗਹਿਣੇ ਦਿਖਾ ਰਿਹਾ ਹੈ ਪਰ ਸੁਨਿਆਰੇ ਨੂੰ ਗੱਲਾਂ ਦੇ ਵਿੱਚ ਲਾ ਕੇ ਇਹ ਕਦੋਂ ਇੱਥੋਂ ਸੋਨੇ ਦੇ ਗਹਿਣੇ ਚੋਰੀ ਕਰ ਲੈਂਦੀ ਹੈ ਇਹ ਸੁਨਿਆਰੇ ਨੂੰ ਵੀ ਪਤਾ ਨਹੀਂ ਲੱਗਦਾ। ਉਸ ਨੂੰ ਤਾਂ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਉਸਦੇ ਗਹਿਣੇ ਘੱਟ ਨੇ ਤਾਂ ਜਾ ਕੇ ਫਿਰ ਸੀਸੀਟੀਵੀ ਫੁਟੇਜ ਚੈੱਕ ਕਰਦਾ ਹੈ ਫਿਰ ਉਸਦੇ ਹੋਸ਼ ਉੱਡ ਜਾਂਦੇ ਨੇ ਕਿ ਉਹ ਔਰਤ ਤਾਂ ਉਹ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਈ ਹੈ। ਸੀਸੀਟੀਵੀ ਦੇ ਵਿੱਚ ਪੂਰੀਆਂ ਤਸਵੀਰਾਂ ਕੈਦ ਹੋਈਆਂ ਨੇ। ਇਹ ਖਬਰ ਵਾਰਾਣਸੀ ਤੋਂ ਸਾਹਮਣੇ ਆਈ ਹੈ ਜਿੱਥੇ ਜਵੈਲਰੀ ਸ਼ਾਪ ਤੇ ਇਸ ਔਰਤ ਦੇ ਵੱਲੋਂ ਸੋਨੇ ਦੇ ਗਹਿਣੇ ਚੋਰੀ ਕੀਤੇ ਗਏ ਨੇ। ਤਸਵੀਰ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹ ਔਰਤ ਬਹਾਨੇ ਦੇ ਨਾਲ ਸੁਨਿਆਰੇ ਨੂੰ ਹੋਰ ਗਹਿਣੇ ਦਿਖਾਉਣ ਲਈ ਕਹਿੰਦੀ ਹੈ ਜਿਸ ਤੋਂ ਬਾਅਦ ਸੁਨਿਆਰਾ ਉਸ ਨੂੰ ਬਦਲ ਬਦਲ ਕੇ ਗਹਿਣੇ ਦਿਖਾਉਂਦਾ ਰਹਿੰਦਾ ਹੈ। ਜਿਉਂ ਹੀ ਸੁਨਿਆਰਾ ਥੋੜ੍ਹਾ ਜਿਹਾ ਧਿਆਨ ਸਾਈਡ 'ਤੇ ਕਰਦਾ ਹੈ ਤਾਂ ਇਹ ਅੱਖ ਬਚਾ ਕੇ ਗਹਿਣੇ ਚੋਰੀ ਕਰ ਲੈਂਦੀ ਹੈ ਜਿਸ ਤੋਂ ਬਾਅਦ ਹੁਣ ਸਵਰਨਕਾਰ ਸੰਘ ਦੇ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਹੈ ਅਤੇ ਪੁਲਿਸ ਇਸ ਔਰਤ ਦੀ ਭਾਲ ਕਰ ਰਹੀ ਹੈ। ਜਵੈਲਰ ਦੇ ਮੁਤਾਬਕ ਇਹ ਔਰਤ ਉਸਦੀ ਦੁਕਾਨ ਦੇ ਵਿੱਚ ਆਈ ਅਤੇ ਇਸਨੇ ਲੌਕਟ ਦਿਖਾਉਣ ਲਈ ਕਿਹਾ। ਕਾਫ਼ੀ ਦੇਰ ਤੱਕ ਗਹਿਣੇ ਦੇਖਦੀ ਰਹੀ ਅਤੇ ਬਾਅਦ ਦੇ ਵਿੱਚ ਇਹ ਉੱਥੋਂ ਕੰਨ ਦੀ ਬਾਲੀ ਲੈ ਕੇ ਫਰਾਰ ਹੋ ਜਾਂਦੀ ਹੈ। ਹੁਣ ਪੁਲਿਸ ਸੀਸੀਟੀਵੀ ਦੀ ਮਦਦ ਦੇ ਨਾਲ ਇਸ ਮਹਿਲਾ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇਹ ਔਰਤ ਸੁਨਿਆਰੇ ਨੂੰ ਗੱਲਾਂ ਦੇ ਵਿੱਚ ਲਾ ਕੇ ਉਸ ਤੋਂ ਸੋਨੇ ਦੀਆਂ ਵਾਲੀਆਂ ਲੁੱਟ ਕੇ ਫਰਾਰ ਹੋ ਗਈ ਹੈ। ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਕਿਵੇਂ ਸੀਸੀਟੀਵੀ ਦੇ ਵਿੱਚ ਇਹ ਪੂਰੀ ਘਟਨਾ ਕੈਦ ਹੋਈ ਹੈ। ਵਾਰਾਣਸੀ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਹਾਲੇ 2 ਮਹੀਨੇ ਪਹਿਲਾਂ ਹੀ ਇਸ ਦੇ ਵੱਲੋਂ ਜਵੈਲਰੀ ਦੀ ਦੁਕਾਨ ਕੀਤੀ ਗਈ ਸੀ ਅਤੇ ਇਸ ਔਰਤ ਨੇ ਗੱਲਾਂ ਗੱਲਾਂ ਵਿੱਚ ਇਸ ਸੁਨਿਆਰੇ ਨੂੰ ਲੁੱਟ ਲਿਆ ਹੈ। ਤੋ ਜੇ ਤੁਮੀ ਜੇ ਤੋ ਬਜਨ ਨਹੀਂ ਹੁੰਦਾ ਹੈ।